ਸਤਿ ਸ਼੍ਰੀ ਅਕਾਲ ਜੀ। ਅੱਜ ਤੋਂ ਅਸੀਂ ਇੰਡੀਅਨ ਪੋਲੀਟੀ ਦੇ ਬੇਸ 'ਤੇ ਪ੍ਰਸ਼ਨ ਡਿਸਕਸ ਕਰਾਂਗੇ ਜੀ, ਅਤੇ ਉਹਦੇ ਵਿੱਚ ਟੋਪਿਕ ਹੈ ਜੀ ਸੰਵਿਧਾਨ, ਕੋਨਸਟੀਟਿਊਸ਼ਨ ਐਂਡ ਪੋਲੀਟੀਕਲ ਸਿਸਟਮ। ਦੇਖਦੇ ਹਾਂ, ਵਿਚ ਆਫ ਦਾ ਫੋਲੋਇੰਗ ਇਜ਼ ਔਰ ਆਰ ਐਕਸਟਰਾ ਕੋਨਸਟੀਟਿਊਸ਼ਨਲ ਐਂਡ ਐਕਸਟਰਾ ਲੀਗਲ ਡਿਵਾਈਸ, ਦੱਸੋ ਜੀ। ਮਤਲਬ ਉਹ ਸੰਵਿਧਾਨ ਵਿੱਚ ਵੀ ਮੈਨਸ਼ਨ ਨਹੀਂ ਆ ਇਹ, ਅਤੇ ਕਿਸੇ ਐਕਟ ਦੇ ਅੰਤਰਗਤ ਵੀ ਨਹੀਂ ਆਉਂਦਾ, ਐਂਡ ਦੋਨੋਂ ਕੰਡੀਸ਼ਨਾਂ ਇਕੱਠੀਆਂ ਲਾਗੂ ਹੁੰਦੀਆਂ ਜੀ, ਫੋਰ ਸਕਿਓਰਿੰਗ ਕੋਆਪਰੇਸ਼ਨ ਐਂਡ ਕੋਆਰਡੀਨੇਸ਼ਨ ਬਿਟਵੀਨ ਦਾ ਸਟੇਟਸ ਇਨ ਇੰਡੀਆ। ਦੇਖੋ ਜੀ ਕਿਹੜੀ ਕਿਹੜੀ ਬੋਡੀਜ਼ ਆ। ਨੈਸ਼ਨਲ ਡਿਵੈਲਪਮੈਂਟ ਕੌਂਸਲ ਸੰਵਿਧਾਨ ਵਿੱਚ ਮੈਨਸ਼ਨ ਨਹੀਂ ਆ, ਨਾ ਹੀ ਕਿਸੇ ਐਕਟ ਤਹਿਤ ਆਉਂਦੀ ਆ। ਗਵਰਨਰਸ ਕਾਨਫਰੰਸ, ਇਹ ਵੀ ਜੀ ਐਕਸਟਰਾ ਕੋਨਸਟੀਟਿਊਸ਼ਨਲ ਐਕਸਟਰਾ ਲੀਗਲ ਡਿਵਾਈਸ ਆ। ਜੋਨਲ ਕੌਂਸਲ, ਸਾਨੂੰ ਪਤਾ ਕਿ ਜੋਨਲ ਕੌਂਸਲ ਕੀ ਆ, ਸਟੇਟਸ ਰੀਓਰਗਨਾਈਜੇਸ਼ਨ ਐਕਟ ਦੇ ਅੰਤਰਗਤ ਬਣੀਆਂ ਜੀ। ਐਕਟ ਦੇ ਅੰਤਰਗਤ ਤਾਂ ਹੈ ਪਰ ਇਹ ਕੋਨਸਟੀਟਿਊਸ਼ਨਲ ਬੋਡੀ ਨਹੀਂ ਹੈ ਜੀ, ਐਕਟ ਦੇ ਅੰਤਰਗਤ ਤਾਂ ਹੈ ਪਰ ਇੱਥੇ ਸ਼ਬਦ ਐਂਡ ਆ, ਜੇ ਔਰ ਹੁੰਦਾ ਤਾਂ ਫਿਰ ਇਹ ਸਹੀ ਹੋ ਜਾਣਾ ਸੀ ਜੀ ਵੀ ਇਹ ਕੋਨਸਟੀਟਿਊਸ਼ਨਲ ਜਾਂ ਲੀਗਲ ਡਿਵਾਈਸ ਹੈ। ਇਹ ਐਕਟ ਦੇ ਤਹਿਤ ਬਣੀ ਆ ਪਰ ਸੰਵਿਧਾਨ ਵਿੱਚ ਮੈਂਸ਼ਨ ਨਹੀਂ, ਇਹ ਵੀ ਹੋ ਗਿਆ ਜੀ ਐਕਸਟਰਾ ਕੋਨਸਟੀਟਿਊਸ਼ਨਲ ਬੋਡੀ। ਪਰ ਐਕਸਟਰਾ ਲੀਗਲ ਡਿਵਾਈਸ, ਇਹ ਲੀਗਲ ਆ ਜੀ ਡਿਵਾਈਸ। ਦੇਖਦੇ ਹਾਂ ਜੀ, ਇੰਟਰ ਸਟੇਟ ਕੌਂਸਲ, ਇਹ ਤਾਂ ਸੰਵਿਧਾਨ ਵਿੱਚ ਮੈਂਸ਼ਨ ਆ। ਆਹ ਦੋ ਤਾਂ ਕਲੀਅਰ ਆਂਸਰ ਹੈਗਾ ਜੀ, ਪਹਿਲਾ ਦੂਜਾ ਤਾਂ ਕਲੀਅਰ ਆਂਸਰ ਆ, ਤੀਸਰਾ ਦੇਖ ਲਓ ਜੀ, ਤੀਸਰਾ ਦੇਖ ਲਓ। ਤੀਸਰੇ 'ਚ ਥੋੜ੍ਹੀ ਕਨਫਿਊਜ਼ਨ ਆ, ਜੋਨਲ ਕੌਂਸਲ ਐਕਟ ਦੇ ਤਹਿਤ ਬਣੀ ਆ ਜੀ, ਤਾਂ ਇਹ ਲੀਗਲ ਡਿਵਾਈਸ ਤਾਂ ਹੈ, ਐਕਸਟਰਾ ਲੀਗਲ ਨਹੀਂ ਆ ਠੀਕ, ਪਰ ਇਹ ਐਕਸਟਰਾ ਕੋਨਸਟੀਟਿਊਸ਼ਨਲ ਹੈ। ਇਸ ਕਰਕੇ ਇਹ ਮੇਰੇ ਹਿਸਾਬ ਨਾਲ ਨਹੀਂ ਫਿੱਟ ਬੈਠਦਾ, ਆਂਸਰ ਹੋਣਾ ਚਾਹੀਦਾ ਇਹ। ਅੱਗੇ ਦੇਖੋ, ਵਿਚ ਆਫ ਦਾ ਫੋਲੋਇੰਗ ਆਰ ਮੈਟਰਸ ਔਨ ਵਿਚ ਇਹ ਕੋਨਸਟੀਟਿਊਸ਼ਨਲ ਅਮੈਂਡਮੈਂਟ ਇਜ਼ ਪੋਸੀਬਲ ਓਨਲੀ ਵਿਦ ਦਾ ਰੈਟੀਫਿਕੇਸ਼ਨ ਆਫ ਦਾ ਲੈਜਿਸਲੇਚਰ ਆਫ ਨੋਟ ਲੈਸ ਦੈਨ ਹਾਫ ਆਫ ਦਾ ਸਟੇਟਸ। ਅਸੀਂ ਪੜ੍ਹਿਆ ਕਿ ਸੰਵਿਧਾਨ ਨੂੰ ਸੰਸ਼ੋਧਨ ਕਰਨ ਲਈ ਦੋ ਤਿੰਨ ਤਰੀਕੇ ਸੀ ਜੀ, ਅਤੇ ਉਹਨਾਂ ਵਿੱਚੋਂ ਇਹ ਹੈ ਜੀ ਉਹ ਵਾਲਾ ਤਰੀਕਾ ਜਿਹਦੇ ਵਿੱਚ ਘੱਟੋ ਘੱਟ ਅੱਧੇ ਸਟੇਟਸ ਦੁਆਰਾ ਰੈਟੀਫਿਕੇਸ਼ਨ ਜ਼ਰੂਰੀ ਆ। ਹੁਣ ਆਹ ਆਪਸ਼ਨ ਦੱਸਿਆ ਜੀ, ਇਲੈਕਸ਼ਨ ਆਫ ਦਾ ਪ੍ਰੈਜੀਡੈਂਟ। ਦੇਖੋ ਪ੍ਰੈਜੀਡੈਂਟ, ਸਾਨੂੰ ਪਤਾ ਕਿ ਸਟੇਟ ਦੁਆਰਾ ਰੈਟੀਫਿਕੇਸ਼ਨ ਲਈ ਉਹ ਮੁੱਦੇ ਹੁੰਦੇ ਆ ਜਿਹੜੇ ਕਿ ਫੈਡਰਲ ਸਟਰਕਚਰ ਨੂੰ ਅਫੈਕਟ ਕਰਦੇ ਆ। ਪ੍ਰੈਜੀਡੈਂਟ ਫੈਡਰਲ ਸਟਰਕਚਰ ਲਈ ਅਹਿਮ ਭੂਮਿਕਾ ਨਿਭਾਉਂਦਾ ਜੀ, ਇਸ ਲਈ ਸਟੇਟਸ ਦੀ ਸਹਿਮਤੀ ਜ਼ਰੂਰੀ ਆ, ਕਿਉਂਕਿ ਇਹਦੀ ਇਲੈਕਸ਼ਨ ਲਈ ਵੀ ਤਾਂ ਸਟੇਟਸ ਦੇ ਚੁਣੇ ਹੋਏ ਬੰਦੇ ਵੋਟ ਪਾਉਂਦੇ ਆ। ਇਹ ਸਹੀ ਹੈ ਜੀ। ਰੀਪ੍ਰਜੈਂਟੇਸ਼ਨ ਆਫ ਸਟੇਟਸ ਇਨ ਦਾ ਪਾਰਲੀਮੈਂਟ, ਇੱਥੇ ਫਿਰ ਸਟੇਟਸ ਦੀ ਗੱਲ ਆ ਗਈ, ਇਹ ਵੀ ਗੱਲ ਸਹੀ ਹੈ ਜੀ। ਲਿਸਟ ਇਨ ਦਾ ਸੈਵਨ ਸ਼ਡਿਊਲ ਸਬਜੈਕਟ ਦੀ ਡਿਵੀਜ਼ਨ ਕਰਦਾ ਸੈਂਟਰ ਸਟੇਟ ਅਤੇ ਕਨਕਰੰਟ ਲਿਸਟ ਵਿੱਚ, ਇਹ ਵੀ ਫੈਡਰਲ ਸਟਰਕਚਰ ਨਾਲ ਸੰਬੰਧਿਤ ਆ, ਪਹਿਲਾ ਦੂਜਾ ਤੀਜਾ ਤਾਂ ਠੀਕ ਹੈ ਜੀ। ਅਵੋਲਿਊਸ਼ਨ ਆਫ ਦਾ ਲੈਜਿਸਲੇਚਰ ਕੌਂਸਲ ਇਨ ਦਾ ਸਟੇਟ, ਦੇਖੋ ਆਪਾਂ ਪੜ੍ਹਿਆ ਕਿ ਜਿਹੜਾ ਲੈਜਿਸਲੇਟਿਵ ਕੌਂਸਲ ਆ ਨਾ, ਲੈਜਿਸਲੇਚਰ ਕੌਂਸਲ ਆ, ਇਹਨੂੰ ਜੇ ਅਬੋਲਿਸ਼ ਕਰਨਾ ਆ ਤਾਂ ਉਹਦੇ ਲਈ ਸੈਂਟਰ ਖੁਦ ਕਰ ਸਕਦਾ ਜੀ, ਜ਼ਰੂਰੀ ਨਹੀਂ ਕਿ ਸਟੇਟ ਦੀ ਮਰਜ਼ੀ ਕੀ ਆ। ਚੌਥਾ ਗਲਤ ਕਰ ਦਿਓ ਜੀ, ਚੌਥਾ ਗਲਤ ਕਰਤਾ ਤੁਹਾਡੇ ਕੋਲ ਆਪਣੇ ਆਪ ਆਂਸਰ ਇਹ ਆ ਗਿਆ ਜੀ। ਅੱਗੇ ਦੇਖੋ, ਆਰਟੀਕਲ 156 ਆਫ ਦਾ ਕੋਨਸਟੀਟਿਊਸ਼ਨ ਆਫ ਇੰਡੀਆ ਪ੍ਰੋਵਾਈਡਸ ਦੈਟ ਇਹ ਗਵਰਨਰ ਸ਼ੈਲ ਹੋਲਡ ਆਫਿਸ ਫੋਰ ਏ ਟਰਮ ਆਫ 5 ਈਅਰ। ਗਵਰਨਰ ਦਾ ਟੈਨਿਓਰ ਕਿੰਨਾ ਹੁੰਦਾ ਜੀ, 5 ਸਾਲ, ਫਰੋਮ ਦਾ ਡੇਟ ਔਨ ਵਿੱਚ ਹੀ ਐਂਟਰਸ ਅਪਨ ਹਿਜ਼ ਆਫਿਸ।
ਵਿਚ ਆਫ ਦਾ ਫੋਲੋਇੰਗ ਕੈਨ ਬੀ ਡਿਡਿਊਸਡ ਫਰੋਮ ਦਿਸ, ਦੱਸੋ ਜੀ ਇਸ ਤੋਂ ਕੀ ਸਿੱਟਾ ਨਿਕਲਦਾ ਆ। ਨੋ ਗਵਰਨਰ ਕੈਨ ਬੀ ਰਿਮੂਵਡ ਫਰੋਮ ਆਫਿਸ ਟਿਲ ਕੰਪਲੀਸ਼ਨ ਆਫ ਹਿਸ ਟਰਮ। ਸਾਨੂੰ ਪਤਾ ਜੀ ਅਸੀਂ ਗਵਰਨਰ ਨੂੰ ਇਹ ਰਿਮੂਵ ਕੀਤਾ ਜਾ ਸਕਦਾ ਜੀ ਬੜੀ ਆਸਾਨੀ ਨਾਲ। ਇੱਥੇ ਲਿਖਿਆ ਵੀ ਨਹੀਂ, ਨੋ ਇਸ ਲਈ ਗਲਤ ਹੋ ਗਿਆ। ਨੋ ਗਵਰਨਰ ਕੈਨ ਕੰਟੀਨਿਊ ਇਨ ਆਫਿਸ ਬਿਯੋਂਡ 5 ਈਅਰਸ। ਨਹੀਂ ਜੀ, ਜਦ ਤੱਕ ਦੂਸਰਾ ਗਵਰਨਰ ਨਹੀਂ ਆ ਜਾਂਦਾ ਪਹਿਲੇ ਵਾਲਾ ਕੰਟੀਨਿਊ ਕਰ ਸਕਦਾ। ਇਹ ਵੀ ਕੀ ਹੋ ਗਿਆ, ਗਲਤ ਹੋ ਗਿਆ ਜੀ। ਆਨਸਰ ਚੱਕਣਾ ਜੀ ਡੀ ਆਨਸਰ। ਵਿਚ ਆਫ ਦਾ ਫੋਲੋਇੰਗ ਆਰ ਮੈਟਰਸ ਔਨ ਵਿਚ ਏ ਕੋਨਸਟੀਟਿਊਸ਼ਨਲ ਅਮੈਂਡਮੈਂਟ ਇਜ਼ ਪੋਸੀਬਲ ਓਨਲੀ ਵਿਦ ਦਾ ਰੈਟੀਫਿਕੇਸ਼ਨ ਆਫ ਦਾ ਲੈਜਿਸਲੇਚਰ ਆਫ ਨੋਟ ਲੈਸ ਦੈਨ 1/2 ਆਫ ਦਾ ਸਟੇਟਸ। ਇਹ ਕੁਸ਼ਚਨ ਦੁਬਾਰਾ ਆ ਗਿਆ ਜੀ, ਅੱਗੇ ਚੱਲੋ। ਵਟ ਇਜ਼ ਨੋਟ ਐਕਸਪਲਿਸਿਟਲੀ ਸਟੇਟਡ ਇਨ ਦਾ ਕੋਨਸਟੀਟਿਊਸ਼ਨ ਆਫ ਇੰਡੀਆ ਵਟ ਫੋਲੋਡ ਐਜ਼ ਏ ਕਨਵੈਨਸ਼ਨ। ਭਾਵ ਸਿੱਧਾ ਸਿੱਧਾ ਸੰਵਿਧਾਨ 'ਚ ਇਹ ਗੱਲਾਂ ਲਿਖੀਆਂ ਨਹੀਂ ਗਈਆਂ, ਪਰ ਇੱਕ ਰੀਤ ਦੇ ਅਨੁਸਾਰ ਇਸ ਤਰ੍ਹਾਂ ਹੀ ਮੰਨਿਆ ਜਾਂਦਾ ਜੀ, ਇਸ ਤਰ੍ਹਾਂ ਹੀ ਗੱਲ ਬਣਦੀ ਆ, ਪਰ ਸੰਵਿਧਾਨ ਦੇ ਵਿੱਚ ਸਿੱਧਾ ਸਿੱਧਾ ਐਕਸਪਲਿਸਿਟਲੀ ਮੈਂਸ਼ਨ ਨਹੀਂ ਆ। ਦਾ ਫਾਈਨੈਂਸ ਮਿਨਿਸਟਰ ਇਜ਼ ਟੂ ਬੀ ਮੈਂਬਰ ਆਫ ਦਾ ਲੋਅਰ ਹਾਊਸ। ਦਾ ਪ੍ਰਾਈਮ ਮਿਨਿਸਟਰ ਹੈਜ਼ ਟੂ ਰਿਜ਼ਾਈਨ ਇਫ ਹੀ ਲੂਜ਼ਸ ਦਾ ਮੈਜੋਰਟੀ ਇਨ ਦਾ ਲੋਅਰ ਹਾਊਸ। ਆਹ ਗੱਲ ਆ ਜੀ, ਜੇ ਲੋਅਰ ਹਾਊਸ ਵਿੱਚ ਲੋਕ ਸਭਾ 'ਚ ਮੈਜੋਰਟੀ ਲੂਜ਼ ਕਰਤੀ ਤਾਂ ਪ੍ਰਾਈਮ ਮਿਨਿਸਟਰ ਨੂੰ ਰਿਜ਼ਾਈਨ ਕਰਨਾ ਪੈਂਦਾ ਜੀ। ਥੋੜ੍ਹਾ ਅੱਗੇ ਪੜ੍ਹ ਲੈਂਦੇ ਹਾਂ। ਆਲ ਸੈਕਸ਼ਨਸ ਆਫ ਇੰਡੀਆ ਆਰ ਟੂ ਬੀ ਰੀਪ੍ਰਜੈਂਟਡ ਇਨ ਦਾ ਕੌਂਸਲ ਆਫ ਮਿਨਿਸਟਰਸ। ਇਸ ਤਰ੍ਹਾਂ ਦੀ ਕੋਈ ਗੱਲ ਹੈ ਹੀ ਨਹੀਂ ਜੀ। ਇਫ ਬੋਥ ਦਾ ਪ੍ਰੈਜੀਡੈਂਟ ਐਂਡ ਦਾ ਵਾਈਸ ਪ੍ਰੈਜੀਡੈਂਟ ਡੀ ਮਿਟ ਆਫਿਸ ਸਾਈਮਲਟੇਨੀਅਸਲੀ ਬਿਫੋਰ ਦਾ ਐਂਡ ਆਫ ਦਾ ਟੈਨਿਅਰ, ਸਪੀਕਰ ਆਫ ਦਾ ਲੋਕ ਸਭਾ ਆਫ ਦਾ ਪਾਰਲੀਮੈਂਟ ਵਿਲ ਆਫੀਸ਼ੀਏਟ ਐਜ ਦਾ ਪ੍ਰੈਜੀਡੈਂਟ। ਨਹੀਂ ਜੀ, ਸਪੀਕਰ ਨਹੀਂ ਆਉਂਦਾ, ਇਹ ਚੀਫ ਜਸਟਿਸ ਆਫ ਇੰਡੀਆ ਆਉਂਦਾ ਆ। ਜੇ ਪ੍ਰੈਜੀਡੈਂਟ ਵੀ ਹੈ ਨਹੀਂ ਗਾ, ਵਾਈਸ ਪ੍ਰੈਜੀਡੈਂਟ ਵੀ ਹੈ ਨਹੀਂ ਗਾ, ਇਹਨਾਂ ਨੇ ਆਫਿਸ ਖਾਲੀ ਕਰਤਾ, ਤਾਂ ਫਿਰ ਚੀਫ ਜਸਟਿਸ ਆਫ ਇੰਡੀਆ ਕੀ ਕਰਦਾ, ਪ੍ਰੈਜੀਡੈਂਟ ਬਣ ਜਾਂਦਾ। ਆਹ ਗੱਲ ਵੈਸੇ ਗਲਤ ਹੋ ਗਈ। ਫਾਈਨੈਂਸ ਮਿਨਿਸਟਰ ਲੋਅਰ ਹਾਊਸ ਦਾ ਮੈਂਬਰ ਹੋਣਾ ਚਾਹੀਦਾ। ਨਹੀਂ ਜੀ, ਕਿਸੇ ਵੀ ਹਾਊਸ ਦਾ ਮੈਂਬਰ ਹੋ ਸਕਦਾ ਉਹ। ਆਹ ਬੀ ਆਨਸਰ ਟੁੱਕਦਾ ਜੀ, ਜਦੋਂ ਪ੍ਰਾਈਮ ਮਿਨਿਸਟਰ ਆਪਣੀ ਮੈਜੋਰਟੀ ਬਹੁਮਤ ਲੂਜ਼ ਕਰ ਦਿੰਦਾ ਜੀ ਲੋਅਰ ਹਾਊਸ ਵਿੱਚ, ਤਾਂ ਉਹਨੂੰ ਰਿਜ਼ਾਈਨ ਕਰਨਾ ਪੈਂਦਾ। ਇਹ ਗੱਲ ਐਕਸਪਲਿਸਿਟਲੀ ਸੰਵਿਧਾਨ ਵਿੱਚ ਨਹੀਂ ਲਿਖੀ ਗਈ, ਪਰ ਐਜ਼ ਏ ਕਨਵੈਨਸ਼ਨ ਫੋਲੋ ਕੀਤੀ ਜਾਂਦੀ ਹੈ। ਵਿਚ ਵਨ ਆਫ ਦਾ ਫੋਲੋਇੰਗ ਵਾਜ਼ ਨੋਟ ਪ੍ਰਪੋਜ਼ਡ ਬਾਏ ਦਾ 73rd ਕੌਨਸਟੀਟਿਊਸ਼ਨਲ ਅਮੈਂਡਮੈਂਟ ਇਨ ਦਾ ਏਰੀਆ ਆਫ ਪੰਚਾਇਤੀ ਰਾਜ। ਸਾਨੂੰ ਪਤਾ ਕਿ ਸੰਵਿਧਾਨ ਦੀ 73ਵੀਂ ਅਮੈਂਡਮੈਂਟ ਦੁਆਰਾ ਪੰਚਾਇਤੀ ਰਾਜ ਇੰਸਟੀਟਿਊਸ਼ਨਸ ਦੀ ਸਥਾਪਨਾ ਕੀਤੀ ਗਈ ਸੀ ਸੰਵਿਧਾਨਿਕ ਤੌਰ 'ਤੇ। ਕਹਿੰਦਾ ਵੀ ਕਿਹੜੀ ਗੱਲ ਇਹਦੇ ਵਿੱਚ ਨਹੀਂ ਹੈ ਜੀ, ਨੋਟ ਪ੍ਰਪੋਜ਼ਡ। 30% ਸੀਟਸ ਇਨ ਆਲ ਇਲੈਕਟਡ ਰੂਰਲ ਬੋਡੀਜ਼ ਰੂਰਲ ਲੋਕਲ ਬੋਡੀਜ਼ ਵਿਲ ਬੀ ਰਿਜ਼ਰਵਡ ਫੋਰ ਵੂਮਨ ਕੈਂਡੀਡੇਟ ਐਟ ਆਲ ਲੈਵਲਸ। 30% ਔਰਤਾਂ ਹੋ ਸਕਦਾ ਜੀ। ਸਟੇਟਸ ਵਿਲ ਕੋਨਸਟੀਚਿਊਟ ਦੇਅਰ ਫਾਈਨੈਂਸ ਕਮਿਸ਼ਨਸ ਟੂ ਐਲੋਕੇਟ ਰਿਸੋਰਸਿਸ ਟੂ ਪੰਚਾਇਤੀ ਰਾਜ ਇੰਸਟੀਟਿਊਸ਼ਨਸ। ਸਟੇਟ ਫਾਈਨੈਂਸ ਕਮਿਸ਼ਨ ਦੀ ਸਟੇਟ ਫਾਈਨੈਂਸ ਕਮਿਸ਼ਨ ਦੀ ਸਥਾਪਨਾ ਕਰੇਗਾ। ਇਹ ਵੀ ਗੱਲ ਤੁਸੀਂ ਯਾਦ ਰੱਖਿਓ ਕਿ ਸਟੇਟ ਫਾਈਨੈਂਸ ਕਮਿਸ਼ਨ 73rd ਅਮੈਂਡਮੈਂਟ ਦੇ ਤਹਿਤ ਆਇਆ ਸੀ, ਤਾਂ ਇਹ ਪੰਚਾਇਤੀ ਰਾਜ ਦੇ ਰਿਸੋਰਸਿਸ ਦੇ ਉੱਤੇ ਇਹਦਾ ਫੋਕਸ ਆ ਜੀ। ਇਹ ਗੱਲ ਸਹੀ ਹੈ ਜੀ, ਇਹ ਗੱਲ ਸਹੀ ਆ, ਪਰ ਆਪਾਂ ਨੋਟ ਚੱਕਣਾ, ਪੰਚਾਇਤੀ ਰਾਜ ਫੰਕਸ਼ਨਰੀਜ਼ ਵਿਲ ਬੀ ਡਿਸਕੁਆਲੀਫਾਈਡ ਟੂ ਹੋਲਡ ਦੇਅਰ ਆਫਿਸਰਸ ਇਫ ਦੇ ਹੈਵ ਮੋਰ ਦੈਨ 2 ਚਿਲਡਰਨ। ਮੋਰ ਦੈਨ 2 ਚਿਲਡਰਨ ਕਹਿੰਦਾ ਕਿ ਜੇ 2 ਤੋਂ ਜ਼ਿਆਦਾ ਬੱਚੇ ਆ, ਤਾਂ ਫਿਰ ਜੋ ਜੋ ਚੁਣੇ ਹੋਏ ਬੰਦੇ ਆ ਨਾ, ਜਿਨ੍ਹਾਂ ਦੇ 2 ਤੋਂ ਜ਼ਿਆਦਾ ਬੱਚੇ ਆ,
ਉਹਨਾਂ ਨੂੰ ਆਫਿਸ ਛੱਡਣਾ ਪਏਗਾ। ਨਹੀਂ, ਇਸ ਤਰ੍ਹਾਂ ਦੀ ਕੋਈ ਪ੍ਰੋਵੀਜ਼ਨ ਨਹੀਂ ਸੀ। ਹਾਲਾਂਕਿ ਕੁਛ ਸਟੇਟ ਨੇ ਇਹ ਕਾਨੂੰਨ ਬਣਾਏ ਆ, ਪਰ ਓਵਰਆਲ 73rd ਅਮੈਂਡਮੈਂਟ ਦੇ ਤਹਿਤ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਕਿ ਤੁਹਾਡੇ ਇੰਨੇ ਬੱਚੇ ਹੋਣੇ ਚਾਹੀਦੇ ਆ, ਜ਼ਿਆਦਾ ਹੋ ਗਏ ਤਾਂ ਤੁਹਾਨੂੰ ਆਫਿਸ ਛੱਡਣਾ ਪੈਣਾ ਜੀ, ਤੁਸੀਂ ਮੈਂਬਰ ਨਹੀਂ ਰਹਿ ਸਕਦੇ। ਆਹ ਹੋ ਗਿਆ ਜੀ ਗਲਤ। ਠੀਕ ਹੈ ਜੀ, ਆਂਸਰ ਕੀ ਹੋ ਗਿਆ? ਨੋਟ ਚੱਕਣਾ, ਆਹ ਸੀ ਹੀ ਆਂਸਰ ਆ। ਪਰ ਤੁਸੀਂ ਆਹ ਗੱਲ ਵੀ ਪੜ੍ਹ ਲਓ, ਕਿਉਂਕਿ ਇਹ ਗੱਲ ਵੀ ਪੁੱਛੀ ਗਈ ਆ, ਇਹ ਗੱਲ ਵੀ ਪੁੱਛੀ ਗਈ ਆ। ਦ ਇਲੈਕਸ਼ਨਸ ਵਿਲ ਬੀ ਹੈਲਡ ਇਨ 6 ਮੰਥਸ ਇਫ ਪੰਚਾਇਤੀ ਰਾਜ ਬੋਡੀਜ਼ ਆਰ ਸੁਪਰਸੀਡਡ ਔਰ ਡਿਜ਼ੋਲਵ ਬਾਏ ਦਾ ਸਟੇਟ ਗਵਰਨਮੈਂਟ। ਆਹ ਕੁਸ਼ਚਨ ਆਇਆ ਹੋਇਆ ਜੀ, ਜੇ 5 ਸਾਲ ਤੋਂ ਪਹਿਲਾਂ ਪੰਚਾਇਤੀ ਰਾਜ ਬੋਡੀ ਜਾਂ ਸਰਪੰਚ ਪੰਚ ਵਗੈਰਾ ਡਿਜ਼ੋਲਵ ਹੋ ਜਾਂਦੇ ਆ, ਤਾਂ ਫਿਰ ਕਿੰਨੇ ਸਮੇਂ ਦੇ ਅੰਤਰਗਤ ਦੁਬਾਰਾ ਇਲੈਕਸ਼ਨ ਕਰਨਾ ਚਾਹੀਦਾ ਜੀ? ਕਹਿੰਦੇ 6 ਮਹੀਨੇ ਦੇ ਅੰਦਰ ਅੰਦਰ ਇਲੈਕਸ਼ਨ ਹੋਣਾ ਚਾਹੀਦਾ। ਇਹ ਗੱਲ ਸਹੀ ਹੈ ਜੀ। ਆਹ ਦੇਖੋ, ਇੰਨੇ ਬੱਚੇ ਹੋਣੇ ਚਾਹੀਦੇ ਆ, ਇਹ ਗੱਲ 73ਵੀਂ ਅਮੈਂਡਮੈਂਟ 'ਚ ਨਹੀਂ ਮੈਂਸ਼ਨ। ਹਾਂ, ਕੁਛ ਸਟੇਟਾਂ ਜਿਵੇਂ ਕਿ ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਉੜੀਸਾ, ਆਂਧਰਾ ਪ੍ਰਦੇਸ਼ ਵਗੈਰਾ ਨੇ ਇੱਦਾਂ ਦੇ ਕਾਨੂੰਨ ਬਣਾਏ ਆ। ਆਹ ਦੇਖੋ ਜੀ, ਅਸਰਸ਼ਨ ਅਤੇ ਰੀਜ਼ਨ ਦੱਸਿਆ ਆ। ਰਿਜ਼ਰਵੇਸ਼ਨ ਆਫ 33% ਆਫ ਸੀਟਸ ਫੋਰ ਵੂਮਨ ਇਨ ਪਾਰਲੀਮੈਂਟ ਐਂਡ ਸਟੇਟ ਲੈਜਿਸਲੇਚਰਸ ਡਜ਼ ਨੋਟ ਰਿਕੁਆਇਰ ਐਨੀ ਕੋਨਸਟੀਟਿਊਸ਼ਨਲ ਅਮੈਂਡਮੈਂਟ। ਨਹੀਂ ਜੀ, ਇਹ ਬਿੱਲ ਕਦੋਂ ਦਾ ਅਟਕਿਆ ਪਿਆ ਆ? ਜੇ ਆਪਾਂ ਵੂਮੈਨ ਨੂੰ ਪਾਰਲੀਮੈਂਟ ਜਾਂ ਸਟੇਟ ਲੈਜਿਸਲੇਚਰ ਵਿੱਚ ਰਿਜ਼ਰਵੇਸ਼ਨ ਦੇਣੀ ਆ, ਤਾਂ ਸਾਨੂੰ ਕੋਨਸਟੀਟਿਊਸ਼ਨਲ ਅਮੈਂਡਮੈਂਟ ਚਾਹੀਦੀ ਆ ਜੀ। ਇਸ ਕਰਕੇ ਇਹ ਹੋ ਗਿਆ ਗਲਤ। ਆ ਦੇਖੋ ਜੀ, ਇਹ ਗਲਤ ਕਿੱਥੇ ਆ? ਆ ਇਹ ਗਲਤ ਸਿਰਫ ਡੀ ਵਿੱਚ ਆ। ਇਹ ਸਹੀ, ਸੋਰੀ, ਇਹ ਫਾਲਸ ਕਿਹਦੇ ਵਿੱਚ ਆ? ਡੀ ਵਿੱਚ। ਡੀ ਆਂਸਰ ਆ ਜੀ, ਆਰ ਇਜ਼ ਟਰੂ। ਪੋਲੀਟੀਕਲ ਪਾਰਟੀਜ਼ ਕੰਟੈਸਟਿੰਗ ਇਲੈਕਸ਼ਨਸ ਕੈਨ ਐਲੋਕੇਟ 33% ਆਫ ਸੀਟਸ ਦੇ ਕੰਟੈਸਟ ਟੂ ਵੂਮੈਨ ਕੈਂਡੀਡੇਟਸ ਵਿਦਆਊਟ ਐਨੀ ਕੋਨਸਟੀਟਿਊਸ਼ਨਲ ਅਮੈਂਡਮੈਂਟ। ਆਹ ਗੱਲ ਹੈ ਜੀ, ਜੇ ਰਾਜਨੀਤਿਕ ਪਾਰਟੀਆਂ ਚੋਣ ਉਹ ਬਿਨਾਂ ਕਿਸੇ ਸੰਵਿਧਾਨਿਕ ਸੰਸ਼ੋਧਨ ਦੇ ਆਪਣੀ ਮਰਜ਼ੀ ਨਾਲ ਆਪਣੇ 33% ਸੀਟਾਂ ਔਰਤਾਂ ਨੂੰ ਦੇ ਸਕਦੀਆਂ। ਇਹ ਗੱਲ ਸਹੀ ਹੈ, ਇਹ ਗੱਲ ਸਹੀ ਹੈ ਜੀ, ਉਹਨਾਂ ਦੀ ਆਪਣੀ ਮਰਜ਼ੀ ਆ। ਅੱਗੇ ਦੇਖੋ, ਵਿਚ ਆਫ ਦਾ ਫੋਲਿੰਗ ਇਜ਼ ਔਰ ਆਰ ਸਟੇਟਡ ਇਨ ਦਾ ਕੋਨਸਟੀਟਿਊਸ਼ਨ ਆਫ ਇੰਡੀਆ। ਸੰਵਿਧਾਨ 'ਚ ਕੀ ਇਹ ਗੱਲ ਕਹੀ ਗਈ ਆ? ਦ ਪ੍ਰੈਜ਼ੀਡੈਂਟ ਸ਼ੈਲ ਨੋਟ ਬੀ ਏ ਮੈਂਬਰ ਆਫ ਆਈਦਰ ਹਾਊਸ ਆਫ ਪਾਰਲੀਮੈਂਟ। ਸਹੀ ਗੱਲ ਹੈ ਜੀ, ਉਹਨੂੰ MP ਦੇ ਅਹੁਦੇ ਤੋਂ ਅਸਤੀਫਾ ਦੇਣਾ ਪੈਂਦਾ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਲੜਨ ਲਈ, ਕਿਸੇ ਵੀ ਹਾਊਸ ਦਾ ਮੈਂਬਰ ਨਹੀਂ ਹੋਣਾ ਚਾਹੀਦਾ। ਦ ਪਾਰਲੀਮੈਂਟ ਸ਼ੈਲ ਕੰਸਿਸਟ ਆਫ ਦ ਪ੍ਰੈਜ਼ੀਡੈਂਟ ਐਂਡ 2 ਹਾਊਸਿਸ ਠੀਕ ਹੈ ਜੀ, ਆਪਾਂ ਪਾਰਲੀਮੈਂਟ ਦੀ ਡੈਫੀਨੇਸ਼ਨ ਪੜ੍ਹੀ ਸੀ ਪੋਲੀਟੀ ਦੀ ਕਿਤਾਬ 'ਚ, ਕਿ 2 ਹਾਊਸਿਸ ਅਤੇ ਪ੍ਰੈਜ਼ੀਡੈਂਟ ਮਿਲ ਕੇ ਪਾਰਲੀਮੈਂਟ ਬਣਾਉਂਦੇ ਜੀ। ਗੱਲ ਸਹੀ ਹੈ ਜੀ, ਆਂਸਰ ਆ ਜੀ ਬੀ, ਦੋਨੋਂ ਸਹੀ। ਅੱਗੇ ਦੇਖੋ ਜੀ, ਆ ਦੇਖੋ ਤੁਹਾਡਾ ਪ੍ਰੀਐਂਬਲ ਦਿੱਤਾ ਜੀ, ਵੀ ਦਾ ਪੀਪਲ ਆਫ ਇੰਡੀਆ ਹੈਵਿੰਗ ਸੋਲਮਲੀ ਰਿਜ਼ੋਲਵ ਟੂ ਕੋਨਸਟੀਚਿਊਟ ਇੰਡੀਆ ਇਨ ਟੂ ਏ ਸੋਵਰਨ ਸੋਸ਼ਲਿਸਟ ਸੈਕੂਲਰ ਡੈਮੋਕਰੈਟਿਕ ਰਿਪਬਲਿਕ। ਇਹ ਪੂਰਾ ਤੁਹਾਡਾ ਪ੍ਰੀਐਂਬਲ ਦਿੱਤਾ, ਤਾਂ ਉਹਦੇ ਵਿੱਚ ਅਕੇਲੀ ਲੈਂਡ ਸੀ, ਇਨ ਆਵਰ ਕੋਨਸਟੀਚਿਊਂਟ ਅਸੈਂਬਲੀ ਦਿਸ ਐਕਸ ਮਤਲਬ ਇਸ ਦਿਨ ਨੂੰ, ਇਸ ਡੇਟ 'ਤੇ ਹੇਅਰ ਬਾਏ ਅਡੋਪਟ ਅਨੈਕਟ ਐਂਡ ਗਿਵ ਟੂ ਅਵਰ ਸੈਲਫ ਦਿਸ ਕੋਨਸਟੀਟਿਊਸ਼ਨ। ਅਸੀਂ ਆਪਣੇ ਸੰਵਿਧਾਨ ਦਾ ਨਿਰਮਾਣ ਇਸ ਡੇਟ 'ਤੇ ਕਰਦੇ ਹਾਂ ਜੀ। ਦੱਸੋ ਜੀ, ਇਹ ਡੇਟ ਕਿਹੜੀ ਸੀ? ਇਹ ਸੀ ਜੀ 26 ਨਵੰਬਰ 1949 26 ਨਵੰਬਰ 26th day of November 1949 ਇਸ ਦਿਨ ਸਾਡਾ ਸੰਵਿਧਾਨ ਬਣ ਕੇ ਤਿਆਰ ਹੋ ਗਿਆ ਸੀ ਲਾਗੂ, ਭਾਵੇਂ ਉਹ 26 ਜਨਵਰੀ ਨੂੰ ਹੋਇਆ ਸੀ, ਅਤੇ 26 ਨਵੰਬਰ 1949 ਨੂੰ ਅਸੀਂ ਸੰਵਿਧਾਨ ਦਿਵਸ ਮਨਾਉਂਦੇ ਹਾਂ। ਵਿਚ ਵਨ ਆਫ ਦਾ ਫੋਲੋਇੰਗ ਸ਼ੈਡਿਊਲਸ ਆਫ ਦਾ ਕੋਨਸਟੀਟਿਊਸ਼ਨ ਆਫ ਇੰਡੀਆ ਕੰਟੇਨਸ ਪ੍ਰੋਵੀਜ਼ਨਸ ਰਿਗਾਰਡਿੰਗ ਐਂਟੀ ਡਿਫੈਕਸ਼ਨ ਲਾ? ਐਂਟੀ ਡਿਫੈਕਸ਼ਨ, ਦਲ ਬਦਲੂ,
ਦੇ ਵਿਰੋਧ ਵਿੱਚ ਕਾਨੂੰਨ ਉਹ ਕਿਹੜੇ ਸ਼ਡਿਊਲ ਵਿੱਚ ਆਉਂਦਾ ਜੀ? ਇਹ ਹੈ ਜੀ ਅੰਡਰ 10th ਸ਼ਡਿਊਲ। 10th ਸ਼ਡਿਊਲ ਅਤੇ 10th ਸ਼ਡਿਊਲ ਕਿੱਦਾਂ ਐਡ ਹੋਇਆ ਸੀ ਜੀ? ਕਿਹੜੀ ਅਮੈਂਡਮੈਂਟ ਦੁਆਰਾ? 52nd ਅਮੈਂਡਮੈਂਟ ਦੁਆਰਾ। ਕਦੋਂ? 1985 ਵਿੱਚ। ਇਹ ਦਲ ਬਦਲੂ ਦੇ ਵਿਰੋਧ ਵਿੱਚ ਕਾਨੂੰਨ ਆ ਜੀ, ਐਂਟੀ ਡਿਫੈਕਸ਼ਨ ਲਾਅ। ਦ ਕੌਨਸਟੀਟਿਊਸ਼ਨ ਆਫ ਇੰਡੀਆ ਰੈਕੋਗਨਾਈਜ਼ਸ, ਦੱਸੋ ਜੀ, ਓਨਲੀ ਰਿਲੀਜੀਅਸ ਮਿਨੋਰਟੀਜ਼, ਓਨਲੀ ਲਿੰਗੁਇਸਟਿਕ ਮਿਨੋਰਟੀਜ਼, ਰਿਲੀਜੀਅਸ ਐਂਡ ਲਿੰਗੁਇਸਟਿਕ ਮਿਨੋਰਟੀਜ਼, ਅਲਪ ਸੰਖਿਅਕ। ਅਸੀਂ ਪੜ੍ਹਿਆ ਪੋਲੀਟੀ ਦੀ ਕਿਤਾਬ ਵਿੱਚ ਕਿ ਸਾਡੇ ਸੰਵਿਧਾਨ ਵਿੱਚ ਦੋ ਪ੍ਰਕਾਰ ਦੇ ਅਲਪ ਸੰਖਿਅਕ ਮੈਨਸ਼ਨ ਆ ਜੀ, ਧਰਮ ਦੇ ਆਧਾਰ 'ਤੇ ਅਤੇ ਭਾਸ਼ਾ ਦੇ ਆਧਾਰ 'ਤੇ, ਰਿਲੀਜੀਅਸ ਐਂਡ ਲਿੰਗੁਇਸਟਿਕ ਮਿਨੋਰਟੀਜ਼। ਕੰਸਿਡਰ ਦਾ ਫੋਲੋਇੰਗ ਸਟੇਟਮੈਂਟਸ, ਦੇਖੋ ਜੀ, ਐਨ ਅਮੈਂਡਮੈਂਟ ਟੂ ਦਾ ਕੌਨਸਟੀਟਿਊਸ਼ਨ ਆਫ ਇੰਡੀਆ ਕੈਨ ਬੀ ਇਨੀਸ਼ੀਏਟਿਡ ਬਾਏ ਦਾ, ਦੱਸੋ ਜੀ, ਸੰਵਿਧਾਨ ਨੂੰ ਸੰਸ਼ੋਧਨ ਕਰਨਾ ਆ ਤਾਂ ਉਹਦੇ ਲਈ ਜਿਹੜਾ ਸ਼ੋਧ ਬਿੱਲ ਆ ਉਹ ਕਿਹੜੇ ਸਦਨ 'ਚ ਲਿਆਇਆ ਜਾ ਸਕਦਾ ਜੀ? ਉਹ ਰਾਜ ਸਭਾ ਅਤੇ ਲੋਕ ਸਭਾ ਕਿਸੇ 'ਚ ਵੀ ਲਿਆਇਆ ਜਾ ਸਕਦਾ, ਲੋਕ ਸਭਾ ਅਤੇ ਰਾਜ ਸਭਾ ਦੋਵਾਂ ਵਿੱਚੋਂ ਕਿਸੇ ਵੀ ਸਦਨ ਵਿੱਚ ਲਿਆਇਆ ਜਾ ਸਕਦਾ। ਆਂਸਰ ਕੀ ਹੈ ਜੀ? 1 and 2, 1 and 2। ਉਹਨੂੰ ਸਟੇਟਲਾਈਜੇਸ਼ਨ ਨਹੀਂ ਲਿਆ ਸਕਦਾ ਜੀ, ਤੀਜਾ ਚੱਕ ਦਿਓ, ਚੱਕਤਾ, ਇੱਥੇ ਸਿਰਫ 1 ਆ। ਆਂਸਰ 1 and 2 ਹੈ ਜੀ, ਪ੍ਰੈਜੀਡੈਂਟ ਵੀ ਨਹੀਂ ਲਿਆ ਸਕਦਾ, ਕਿਸੇ ਵੀ ਸਦਨ 'ਚ ਲਿਆਇਆ ਜਾ ਸਕਦਾ ਜੀ। ਐਨ ਅਮੈਂਡਮੈਂਟ ਟੂ ਦਾ ਕੌਨਸਟੀਟਿਊਸ਼ਨ ਆਫ ਇੰਡੀਆ ਕੈਨ ਬੀ ਇਨੀਸ਼ੀਏਟਿਡ ਬਾਏ ਆਈਦਰ ਹਾਊਸ ਆਫ ਪਾਰਲੀਮੈਂਟ, ਕਿਸੇ ਵੀ ਹਾਊਸ ਵਿੱਚ ਸੰਵਿਧਾਨਿਕ ਸੰਸ਼ੋਧਨ ਬਿੱਲ ਲਿਆਇਆ ਜਾ ਸਕਦਾ ਅੰਡਰ ਆਰਟੀਕਲ 368। ਤਾਂ ਇਹਦੇ ਲਈ ਪ੍ਰੈਜੀਡੈਂਟ ਦੀ ਰਿਕਮੈਂਡੇਸ਼ਨ ਦੀ ਲੋੜ ਨਹੀਂ, ਇਟ ਡਟ ਨੋਟ ਰਿਕੁਆਇਰ ਦ ਪ੍ਰੈਜੀਡੈਂਟਸ ਰਿਕਮੈਂਡੇਸ਼ਨ। ਠੀਕ, ਆਹ ਪ੍ਰਸ਼ਨ ਦੇਖੋ ਜੀ, ਕੰਸਿਡਰ ਦਾ ਫੋਲੋਇੰਗ ਸਟੇਟਮੈਂਟਸ ਅਬਾਊਟ ਦਾ ਰੀਸੈਂਟ ਅਮੈਂਡਮੈਂਟ ਟੂ ਦਾ ਇਲੈਕਸ਼ਨ ਲਾਸ ਬਾਏ ਦਾ ਰੀਪ੍ਰਜੈਂਟੇਸ਼ਨ ਆਫ ਪੀਪਲ ਅਮੈਂਡਮੈਂਟ ਐਕਟ 1996, 1996 ਵਿੱਚ ਰੀਪ੍ਰਜੈਂਟੇਸ਼ਨ ਆਫ ਦਾ ਪੀਪਲਸ ਐਕਟ ਦੇ ਵਿੱਚ ਜੋ ਸ਼ੋਧਾਂ ਕੀਤੀਆਂ ਗਈਆਂ ਉਹਦੇ ਨਾਲ ਸੰਬੰਧਿਤ ਪ੍ਰਸ਼ਨ ਆ ਜੀ। ਠੀਕ, ਅਤੇ ਆਂਸਰ ਦੇਣ ਦੀ ਕੋਸ਼ਿਸ਼ ਕਰਦੇ ਹਾਂ ਆਪਾਂ। ਐਨੀ ਕਨਵਿਕਸ਼ਨ ਫੋਰ ਦਾ ਓਫੈਂਸ ਆਫ ਇਨਸਲਟਿੰਗ ਦਾ ਇੰਡੀਅਨ ਨੈਸ਼ਨਲ ਫਲੈਗ ਔਰ ਦਾ ਕੌਨਸਟੀਟਿਊਸ਼ਨ ਆਫ ਇੰਡੀਆ, ਜੇ ਤੁਸੀਂ ਇਨਸਲਟ ਕੀਤੀ ਹੈ ਸਾਡੇ ਰਾਸ਼ਟਰੀ ਧਵਜ ਦੀ ਜਾਂ ਸੰਵਿਧਾਨ ਦੀ ਤਾਂ ਤੁਸੀਂ ਉਹਦੇ ਦੋਸ਼ੀ ਪਾਏ ਗਏ ਆ। ਸ਼ੈਲ ਐਂਟੇਲ ਡਿਸਕੁਆਲੀਫਿਕੇਸ਼ਨ ਫੋਰ ਕੰਟੈਸਟਿੰਗ ਇਲੈਕਸ਼ਨਸ ਟੂ ਪਾਰਲੀਮੈਂਟ ਐਂਡ ਸਟੇਟ ਲੈਜਿਸਲੇਚਰਸ ਫੋਰ 6 ਈਅਰਸ ਫਰੋਮ ਦਾ ਡੇਟ ਆਫ ਕਨਵਿਕਸ਼ਨ। ਠੀਕ ਹੈ ਜੀ, ਤੁਸੀਂ ਅਗਲੇ 6 ਸਾਲਾਂ ਤੱਕ ਪਾਰਲੀਮੈਂਟ ਅਤੇ ਸਟੇਟ ਦੇ ਇਲੈਕਸ਼ਨ ਨਹੀਂ ਲੜ ਸਕਦੇ। ਹੋ ਸਕਦਾ ਇਹ ਗੱਲ ਹੋਵੇ ਜੀ, ਸੰਭਾਵਨਾ ਤਾਂ ਹੈ। ਦੇਰ ਇਜ਼ ਐਨ ਇਨਕਰੀਜ਼ ਇਨ ਦਾ ਸਿਕਿਉਰਿਟੀ ਡਿਪੋਜ਼ਿਟ ਵਿੱਚ ਏ ਕੈਂਡੀਡੇਟ ਹੈਜ਼ ਟੂ ਮੇਕ ਟੂ ਕੰਟੈਸਟ ਦਾ ਇਲੈਕਸ਼ਨ ਟੂ ਦਾ ਲੋਕ ਸਭਾ। ਸਿਕਿਉਰਿਟੀ ਡਿਪੋਜ਼ਿਟ ਕਹਿੰਦੇ ਇਨਕਰੀਜ਼ ਕਰਤਾ, ਦੇਖੋ ਜੀ ਕਰੰਟ ਅਫੇਅਰ ਦਾ ਪ੍ਰਸ਼ਨ ਆ, ਹੋ ਸਕਦਾ ਕਰਤਾ ਹੋਊਗਾ, ਅਕਸਰ ਸਿਕਿਉਰਿਟੀ ਡਿਪੋਜ਼ਿਟ ਇਨਕਰੀਜ਼ ਕੀਤਾ ਜਾਂਦਾ ਜੀ। ਠੀਕ, ਐ ਕੈਂਡੀਡੇਟ ਕੈਨ ਨੋਟ ਨਾਓ ਸਟੈਂਡ ਫੋਰ ਇਲੈਕਸ਼ਨ ਫਰੋਮ ਮੋਰ ਦੈਨ ਵਨਸ ਪਾਰਲੀਮੈਂਟਰੀ ਕੌਨਸਟੀਟਿਊਸ਼ਨ, ਕਹਿੰਦੇ ਇੱਕ ਤੋਂ ਜ਼ਿਆਦਾ ਤੁਸੀਂ ਇਲੈਕਸ਼ਨ ਨਹੀਂ ਲੜ ਸਕਦੇ। ਨਹੀਂ ਜੀ, ਦੋ ਕੌਨਸਟੀਚੁਐਂਸੀ ਤੋਂ ਤੁਸੀਂ ਇਲੈਕਸ਼ਨ ਲੜ ਸਕਦੇ ਆ। ਇਹ ਤੁਸੀਂ ਕਰੰਟ ਅਫੇਅਰਸ ਵਿੱਚ ਧਿਆਨ ਰੱਖਣਾ ਜੀ, ਕੀ ਨਵੀਂ ਸ਼ੋਧ ਆਈ ਹੈ, ਕੀ ਨਵਾਂ ਆਇਆ ਹੈ ਜੀ, ਇਹ ਪੁਆਇੰਟ ਹੋ ਗਿਆ ਗਲਤ। ਤੀਜਾ ਚੱਕ ਦਿਓ ਅਤੇ ਆਂਸਰ ਆਪਣੇ ਆਪ ਤੁਹਾਡੇ ਕੋਲ ਬੀ ਆ ਜਾਣਾ ਜੀ। ਪਹਿਲਾ, ਦੂਜਾ, ਚੌਥਾ ਸਹੀ ਹੈ ਜੀ, ਤੀਜਾ ਨਹੀਂ ਸਹੀ। ਚੌਥਾ ਕੀ ਕਹਿੰਦਾ? ਨੋ ਇਲੈਕਸ਼ਨ ਵਿਲ ਨਾਓ ਬੀ ਕਾਉਂਟਰਮਾਂਡਡ ਔਨ ਦਾ ਡੈਥ ਆਫ ਏ ਕੰਟੈਸਟਿੰਗ ਕੈਂਡੀਡੇਟ, ਜੇ ਇਲੈਕਸ਼ਨ ਹੋਣ ਵਾਲੇ ਆ ਤਾਂ ਕਿਸੇ ਇੱਕ ਕੈਂਡੀਡੇਟ ਦੀ ਡੈਥ ਹੋ ਜਾਂਦੀ ਆ ਤਾਂ ਇਲੈਕਸ਼ਨ ਰੱਦ ਨਹੀਂ ਹੁੰਦੇ, ਇਹ ਵੀ ਗੱਲ ਇੰਪੋਰਟੈਂਟ ਆ। ਦਾ 73rd ਕੌਨਸਟੀਟਿਊਸ਼ਨਲ ਅਮੈਂਡਮੈਂਟ ਐਕਟ ਆਫ 1992 ਰੈਫਰਸ ਟੂ ਦਾ 73ਵੀਂ ਸੰਵਿਧਾਨਿਕ ਸੰਸ਼ੋਧਨ ਜਿਹੜੀ ਸੀ ਉਹ ਕਿਹੜੇ ਨਾਲ ਸੰਬੰਧਿਤ ਆ? ਹੁਣੇ ਪੜ੍ਹ ਕੇ ਹਟੇ ਜੀ, ਇਹ ਕਿਹਦੇ ਨਾਲ ਸੰਬੰਧਿਤ ਆ? ਪੰਚਾਇਤੀ ਰਾਜ ਇੰਸਟੀਟਿਊਸ਼ਨਸ ਨਾਲ। ਸੀ ਆਂਸਰ ਆ ਜੀ।
Which article of the constitution provides that it shall be the endeavor of every state to provide adequate facility for instruction in the mother tongue at the primary stage of education? ਦੱਸੋ ਜੀ ਇਹ ਕਿਹੜੇ ਆਰਟੀਕਲ ਵਿੱਚ ਮੈਂਸ਼ਨ ਆ ਕਿ ਸਟੇਟ ਦਾ ਇਹ ਫਰਜ਼ ਆ ਕਿ ਜਿਹੜੇ ਤੁਹਾਡੇ ਹੈ ਨਾ ਮਨੋਰਟੀ ਵਾਲੇ ਲਿੰਗੁਇਸਟਿਕ ਮਨੋਰਟੀ ਵਾਲੇ ਉਹਨਾਂ ਨੂੰ ਮਦਰ ਟੰਗ ਵਿੱਚ ਐਜੂਕੇਸ਼ਨ ਲਈ ਐਡੂਕੇਟ ਫੈਸਿਲਿਟੀਆਂ ਪ੍ਰੋਵਾਈਡ ਕਰਨੀਆਂ ਸਪੈਸ਼ਲੀ ਕਿੱਥੇ ਪ੍ਰਾਇਮਰੀ ਸਟੇਜ ਆਫ ਐਜੂਕੇਸ਼ਨ ਲਈ ਇਹ ਹੈ ਜੀ ਆਰਟੀਕਲ 350A ਵਿੱਚ ਦੱਸਿਆ ਠੀਕ ਆ ਪੜ੍ਹ ਲਿਓ ਤੁਸੀਂ ਕਿਹਨਾਂ ਨੂੰ ਲਿੰਗੁਇਸਟਿਕ ਮਨੋਰਟੀ ਵਾਲਿਆਂ ਨੂੰ ਭਾਸ਼ਾਈ ਘੱਟ ਗਿਣਤੀ ਸਮੂਹਾਂ ਨਾਲ ਸੰਬੰਧਿਤ ਬੱਚਿਆਂ ਨੂੰ Which one of the following statements correctly describes the fourth schedule? Fourth schedule ਵਿੱਚ ਕੀ ਗੱਲ ਕਹੀ ਗਈ ਹੈ fourth schedule ਵਿੱਚ ਇਹ ਕਰਦਾ ਜੀ allocate seats in the council of states ਵੀ ਰਾਜ ਸਭਾ ਲਈ ਅਲੱਗ ਅਲੱਗ ਸਟੇਟਸ ਦੀਆਂ ਕਿੰਨੀਆਂ ਸੀਟਾਂ ਹੋਣਗੀਆਂ ਇਹ ਸ਼ਡਿਊਲ ਵਗੈਰਾ ਇੰਪੋਰਟੈਂਟ ਹੈ ਜੀ ਠੀਕ ਹੈ ਨਾ ਹਾਂ ਦੇਖੋ ਡਿਸਟ੍ਰੀਬਿਊਸ਼ਨ ਆਫ ਪਾਵਰਸ ਬਿਟਵੀਨ ਦਾ ਸੈਂਟਰ ਐਂਡ ਦਾ ਸਟੇਟ 7th ਸ਼ਡਿਊਲ ਠੀਕ ਇਹ ਸਾਰੇ ਸ਼ਡਿਊਲ ਤੁਸੀਂ 12 ਸ਼ਡਿਊਲ ਹੈ ਜੀ ਯਾਦ ਕਰ ਲੈਣੇ ਪੋਲਟੀ ਵਿੱਚ ਮੈਂ ਪੜ੍ਹਾਏ ਹੋਏ ਆ ਆਹ ਦੇਖੋ ਜੀ ਦੋ ਲਿਸਟਾਂ ਦੱਸੀਆਂ ਅਲੱਗ ਅਲੱਗ ਅਮੈਂਡਮੈਂਟ ਦੱਸੀ ਹੈ ਅਤੇ ਦੱਸਿਆ ਕਿ ਕਿਹਨਾਂ ਸੰਬੰਧਿਤ ਆ ਥੋੜ੍ਹੇ ਬਰੀਕ ਅੱਖਰ ਆ ਜੋੜ ਲਾ ਕੇ ਪੜ੍ਹ ਲਿਓ ਜੀ ਆਂਸਰ ਇਹ ਆ ਜੀ ਏ ਦਾ 5th ਜਿਹੜੀ ਸੰਵਿਧਾਨ ਦੀ 69th ਅਮੈਂਡਮੈਂਟ ਆ ਉਹ ਕਿਹਨਾਂ ਸੰਬੰਧਿਤ ਆ 1991 ਵਾਲੀ ਇਹ ਅਮੈਂਡਮੈਂਟ ਇੰਪੋਰਟੈਂਟ ਆ ਜੀ ਇਹਦੇ ਤਹਿਤ ਜਿਹੜਾ ਤੁਹਾਡਾ ਨੈਸ਼ਨਲ ਕੈਪੀਟਲ ਟੈਰੀਟਰੀ ਆਫ ਦਿੱਲੀ ਨੂੰ ਜਿਹੜਾ ਪਹਿਲਾਂ ਦਿੱਲੀ ਸੀਗਾ ਨਾ ਸਟੇਟ ਉਹਨੂੰ ਨੈਸ਼ਨਲ ਕੈਪੀਟਲ ਟੈਰੀਟਰੀ ਦਾ ਦਰਜਾ ਦਿੱਤਾ ਗਿਆ ਸੀ ਜੀ ਇਹਦੇ ਤਹਿਤ ਇਹ ਇੰਪੋਰਟੈਂਟ ਪੁਆਇੰਟ ਹੋ ਗਿਆ ਜੀ ਬੀ ਦਾ ਪਹਿਲਾ 75th 75th ਅਮੈਂਡਮੈਂਟ ਕਿਹਨਾਂ ਡੀਲ ਕਰਦੀ ਹੈ ਜੀ ਇਸਟੈਬਲਿਸ਼ਮੈਂਟ ਆਫ ਸਟੇਟ ਲੈਵਲ ਰੈਂਟ ਟ੍ਰਿਬਿਊਨਲ ਨਾਲ ਅਤੇ 18th ਅਮੈਂਡਮੈਂਟ ਕਿਹਨਾਂ ਡੀਲ ਕਰਦੀ ਹੈ ਦੇਖੋ ਜੀ ਚੌਥਾ ਅਸੈਪਟਿੰਗ ਦਾ ਰਿਕਮੈਂਡੇਸ਼ਨ ਆਫ ਦਾ 10th ਫਾਈਨੈਂਸ ਕਮਿਸ਼ਨ ਉਸ ਵੇਲੇ ਹੋ ਸਕਦਾ ਕਿ 10th ਫਾਈਨੈਂਸ ਕਮਿਸ਼ਨ ਆਇਆ ਹੋਏਗਾ ਤਾਂ ਇਹ ਨਿਊਜ਼ ਵਿੱਚ ਅਤੇ 83rd ਕਿਹਨਾਂ ਡੀਲ ਕਰਦੀ ਹੈ ਜੀ ਦੂਜਾ ਨੋ ਰਿਜ਼ਰਵੇਸ਼ਨ ਫੋਰ ਸ਼ਡਿਊਲ ਕਾਸਟ ਇਨ ਪੰਚਾਇਤ ਇਨ ਅਰੁਣਾਚਲ ਪ੍ਰਦੇਸ਼ ਇੰਨਾ ਤੁਸੀਂ ਡੀਪ ਨਹੀਂ ਜਾਣਾ ਆਹ ਵਾਲੇ ਜ਼ਿਆਦਾ ਇੰਪੋਰਟੈਂਟ ਆ ਅੱਜ ਦੇ ਸਮੇਂ ਲਈ ਤੁਸੀਂ ਇਹਨੂੰ ਯਾਦ ਕਰ ਲਿਓ ਜੀ 69th ਅਮੈਂਡਮੈਂਟ ਕਿਹਨਾਂ ਡੀਲ ਕਰਦੀ ਆ ਕਿ ਦਿੱਲੀ ਨੂੰ ਨੈਸ਼ਨਲ ਕੈਪੀਟਲ ਟੈਰੀਟਰੀ ਦਾ ਦਰਜਾ ਦਿੱਤਾ ਗਿਆ ਸੀ ਜੀ ਅੱਗੇ ਦੇਖੋ ਆਹ ਪੜ੍ਹ ਲਿਓ ਜੀ ਤੁਸੀਂ ਆਹ ਵਾਲੀ ਇੰਪੋਰਟੈਂਟ ਆ 69th ਇਫ ਏ ਨਿਊ ਸਟੇਟ ਆਫ ਦਾ ਇੰਡੀਅਨ ਯੂਨੀਅਨ ਇਜ਼ ਟੂ ਬੀ ਕ੍ਰੀਏਟਡ ਜੇ ਤੁਸੀਂ ਨਵਾਂ ਸਟੇਟ ਬਣਾਉਣਾ ਆ ਤਾਂ ਵਿੱਚ ਵਨ ਆਫ ਦਾ ਫੋਲੋਇੰਗ ਸ਼ਡਿਊਲਸ ਆਫ ਦਾ ਕੋਨਸਟੀਟਿਊਸ਼ਨ ਮਸਟ ਬੀ ਅਮੈਂਡਡ ਕਿਹੜੇ ਸ਼ਡਿਊਲ ਨੂੰ ਅਮੈਂਡ ਕਰਨ ਦੀ ਜ਼ਰੂਰਤ ਹੈ ਜੀ 5th, 3rd, 2nd ਜਾਂ 1st ਇਹ ਹੈ ਜੀ 1st ਕਿਉਂਕਿ 1st ਸ਼ਡਿਊਲ ਵਿੱਚ ਹੀ ਸਾਡੇ ਅਲੱਗ ਅਲੱਗ ਸਟੇਟਾਂ ਦੇ ਨਾਂ ਅਤੇ ਟੈਰੀਟਰੀ ਬਾਰੇ ਗੱਲਾਂ ਹੈ ਜੀ ਤਾਂ ਜੇ ਤੁਸੀਂ ਨਵਾਂ ਸਟੇਟ ਬਣਾਉਣਾ ਆ ਤਾਂ ਤੁਹਾਨੂੰ ਓਬਵੀਅਸਲੀ ਗੱਲ ਆ ਕਿ ਪਹਿਲੇ ਸ਼ਡਿਊਲ ਨੂੰ ਅਮੈਂਡ ਕਰਨਾ ਪਵੇਗਾ ਪਵੇਗਾ ਚੇਂਜ ਕਰਨਾ ਪੈਣਾ ਜੀ ਕਿਉਂਕਿ ਪਹਿਲੇ ਸ਼ਡਿਊਲ ਵਿੱਚ ਕੀ ਆ ਨਾਮ ਅਤੇ ਏਰੀਆ ਨਾਮ ਮੈਂਸ਼ਨ ਕੀਤਾ ਜੀ ਨਾਮਸ ਆਫ ਦਾ ਨੇਮਸ ਆਫ ਦਾ ਸਟੇਟਸ ਐਂਡ ਡਿਊਟੀਜ਼ ਠੀਕ ਇਹ ਗੱਲ ਹੋ ਗਈ ਜੀ ਅੱਜ ਲਈ ਇੰਨਾ ਹੀ ਰੱਖਦੇ ਹਾਂ ਬਾਕੀ ਨੈਕਸਟ ਕਲਾਸ 'ਚ ਸ਼ੁਕਰੀਆ ਸਤਿ ਸ਼੍ਰੀ ਅਕਾਲ